ਨਵੇਂ ਸਾਲ ਦੀ ਆਮਦ ਮੌਕੇ ਪਿੰਡ ਟਿਵਾਣਾ ਕਲਾ ਦੀ ਵਿਧਵਾ ਔਰਤ ਦਾ ਚਲਕੇ ਆਦਰਕ ਪੇੜੇ ਤੌਰ ਤੇ ਰਾਜ ਕੇ ਸਰਕਾਰਾਂ ਨੂੰ ਕੋਸਿਆ ਪਰਿਵਾਰ ਸਮੇਤ ਕੜਾਕੇ ਦੀ ਠੰਡ ਚਤਰਪਾਲ ਦੀ ਝੂਕੀ ਚ ਰਹਿਣ ਲਈ ਮਜਬੂਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਨਹੀਂ ਮਿਲੀ ਮਕਾਨ ਬਣਾਉਣ ਦੀ ਰਾਸ਼ੀ ਕੁਝ ਸਮਾਂ ਪਹਿਲਾਂ ਮੀਂਹ ਨਾਲ ਕੱਚਾ ਮਕਾਨ ਹੋ ਗਿਆ ਸੀ ਟਹਿ ਟੇੜੀ ਦੇਸ਼ ਭਰ ਵਿੱਚ 2023 ਨਵੇਂ ਵਰੇ ਦੀ ਆਮਦ ਮੌਕੇ ਲੋਕ ਖੁਸ਼ੀਆਂ ਮਨਾ ਰਹੇ ਹਨ ਪਰ ਕੁਝ ਲੋਕ ਅਜੇ ਵੀ ਨੇ ਕਿ ਰੋਟੀ ਕਪੜਾ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਇਸ ਤਰ੍ਹਾਂ ਹੀ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾ ਚ ਅੱਜ ਇੱਕ ਵਿਧਵਾ ਔਰਤ ਦੀਆਂ ਅੱਖਾਂ 'ਚ ਸਰਕਾਰ ਦੀ ਅਣਦੇਖੀ ਦੇ ਕਾਰਨ ਨਵੇਂ ਵਰੇ ਮੌਕੇ ਦਰਦ ਛਲਕਦਾ ਦਿਖਾਈ ਦਿੱਤਾ। ਵਿਧਵਾ ਔਰਤ ਚਰਨੋ ਪਾਈ ਪਤਨੀ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਹੈ ਅਤੇ ਜਿਹੜਾ ਕਿ ਸ਼ਾਦੀ ਸ਼ੁਦਾ ਹੋਣ ਕਾਰਨ ਆਪਣੇ ਬਕਰੇ ਮਕਾਨ ਵਿੱਚ ਰਹਿੰਦਾ ਅਤੇ ਕਾਫੀ ਦੇਰ ਪਹਿਲਾਂ ਮੀਂਹ ਪੈਣ ਨਾਲ ਕੱਚਾ ਮਕਾਨ ਟਹਿਟੇਰੀ ਹੋ ਗਿਆ। ਅਤੇ ਸਾਮੇਂ ਦੀਆਂ ਸਰਕਾਰਾਂ ਨੂੰ ਮਕਾਨ ਬਣਾਉਣ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਲਿਖਤੀ ਰੂਪ ਚ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਮਕਾਨ ਬਣਾਉਣ ਦੇ ਲਈ ਰਾਸ਼ੀ ਜਾਰੀ ਨਹੀਂ ਕੀਤੀ ਗਈ। ਪੀੜਤ ਔਰਤ ਨੇ ਕਿਹਾ ਕਿ ਉਹ ਆਪਣੇ ਪੋਤੇ-ਪੋਤਰੀਆਂ ਨਾਲ ਰਾਤ ਕੜਾਕੇ ਦੀ ਠੰਡ 'ਚ ਇੱਕ ਤਰਪਾਲ ਦੀ ਝੁੱਗੀ 'ਚ ਰਹਿੰਦੀ ਹੈ ਅਤੇ ਠੰਡ ਦੀ ਜਕੜ 'ਚ ਉਸ ਦਾ ਪੂਰਾ ਪਰਿਵਾਰ ਬਿਮਾਰ ਹੋ ਚੁੱਕਿਆ।